ਅਗਾਹਾਂ ਕੂਤਰਾਂਗ ਪਿੱਛਾ ਫੇਰ ਨਾ ਮੁਹੰਡੜਾ ਨਾਨਕ ਸਿੰਘ ਇਵੇ ਹਵਾਓ ਬਾੜ ਨ ਹੋਵੀ ਜਨਮੜਾ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈ ਵਰ ਬਿਖ ਜੋਇਓ ਮਿਲ ਜਗਦੀ ਮਿਲਨ ਕੀ ਬਰੀਆ ਚਿਰੰਕਾਲ ਇਹਦੇ ਸੰਜਰੀਆ ਪ੍ਰਥਮ ਰਹਿਤ ਇਹ ਜਾਣ ਖੰਡੇ ਕੀ ਪੌਲ ਛਕੈ ਸੋਈ ਸਿੰਘ ਪ੍ਰਧਾਨ ਅਵਰ ਨਾ ਪਹਲ ਜੋ ਲਹਿ ਪਾਂਚ ਸਿੰਘ ਜੋ ਅੰਮ੍ਰਿਤ ਦੇਵੈ ਤਾਂ ਕੋ ਸਿਰ ਧਰ ਸ਼ਕ ਪੁਨ ਲੇਵੈ ਪੁਨ ਮਿਲ ਪਾਂਚੋ ਧਨ ਧਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਉ ਖਾਲਸੇ ਕਾ ਖਾਲਸਾ ਮੇਰੋ ਓਤ ਪੋਤ ਸਾਗ
ਅਕਾਲ ਪੁਰਖ ਕੀ ਫਾਜ, ਵੈ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਮਾਤਮ ਕੀ ਮੌਜ, ਵੈ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਗੁਰੂ ਗਰੀਬ ਨਿਵਾਦ, ਗਰੀਬ ਨਿਵਾਦ, ਗਰੀਬ ਨਿਵਾਦ। ਹਮਾਰੇ ਹੈ ਕਿਰਪਾ ਕੀ ਜੈ, ਹਮਾਰੇ ਹੈ ਕਿਰਪਾ ਕੀ ਜੈ, ਹਮਾਰੇ ਹੈ ਹਮਾਰੇ ਹੈ ਹਮਾਰੇ ਹੈ ਨਾ
ਸਿਰ ਤਰ ਤਲੀ
ਗਲੀ ਮੇਰੀ ਇਤ ਮਾਰਗ ਪੈਰ ਤਰੀਜੇ ਸਿਰ ਦੀਜੇ ਕਾਨ ਨਾ ਕੀਜੇ ਸਤਗੁਰ ਆਗੇ ਸੀਸ ਪੇਟ ਦੇ ਸਤਗੁਰ ਆਗੇ ਪੜੋ ਜੀ ਸੀਸ ਪੇਟ ਦੇ ਜੇ ਸਤਗੁਰ ਆਗੇ ਪਾਵੇ ਜੇ ਸਤਗੁਰ ਸਾਜੇ ਪਾਵੇ ਸਤਗੁਰ ਆਗੇ ਸੀਸ ਪੇਟ ਦੇ ਸਤਗੁਰ ਪੇਟ ਦੇ ਜੇ ਸਤਗੁਰੂ ਸਾਜੇ ਪਾਵੇ ਜੇ ਸਤਗੁਰੂ ਸਾਜੇ ਪਾਵੇ ਆਪੇ ਦਇਆ ਕਰੋ ਪ੍ਰਭ ਦਾਤੇ ਆਪੇ ਦਇਆ ਕਰੋ ਪ੍ਰਭ ਦਾਤੇ ਆਪੇ ਦਇਆ ਕਰੋ ਪ੍ਰਭ ਦਾਤੇ ਨਾਨਕ ਅੰਤ ਸਮਾਵੇ ਨਾਨਕ ਅੰਤ ਸਮਾਵੇ ਸਤਗੁਰ ਆਗੇ ਸੀਸ ਪੇਟ ਦੇ ਸਤਗੁਰ ਆਗੇ ਪੇਟ ਦੇ ਜੇ ਸਤਗੁਰ ਸਾਜੇ ਪਾਵੇ ਜੇ ਸਤਗੁਰ ਸਾਜੇ ਪਾਵੇ ਗੁਰਪਾਰਸ ਹਮ ਮਿਲ ਕੰਚਨ ਹੋਇਆ ਰਾਮ ਗੁਰਪਾਰਸ ਹਮ ਮਿਲ ਕੰਚਨ ਹੋਇਆ ਰਾਮ ਜੋਤੀ ਜੋਤ ਕਾਇਆ ਗਣ ਸੁਹਿਆ ਰਾਮ ਕਾਇਆ ਗਣ ਸੁਹਿਆ ਰਾਮ ਆਪੇ ਦਇਆ ਕਰੋ ਪ੍ਰਭ ਦਾਤੇ ਆਪੇ ਦਇਆ ਕਰੋ ਪ੍ਰਭ ਦਾਤੇ ਆਪੇ ਦਇਆ ਸਮਾ
ਸਤਿਗੁਰੇ ਆਖੇ ਸੀਸ ਪੇਟ ਦੇਓ ਜੇ ਸਤਿਗੁਰੁ ਸਾਚੇ ਪਾਵੇ ਜੇ ਸਤਿਗੁਰੁ ਸਾਚੇ ਪਾਵੇ ਸਾਸ ਵਿਸਾਰੀਐ ਕਿਉਂ ਸਾਸ ਗਿਰਾਸ ਵਿਸਾਰੀਐ ਕਾਇਆ ਗੜ ਸੋਹਿਆ ਗਿਰਾਸ ਵਿਸਾਰੀਐ ਆ ਦ੍ਰਿਸ਼ਟੀ ਅਗੋਚਰ ਪਕੜਿਆ ਗੁਰੂ ਸ਼ਬਦੀ ਆ ਦ੍ਰਿਸ਼ਟੀ ਅਗੋਚਰ ਪਕੜਿਆ ਗੁਰੂ ਸ਼ਬਦੀ ਮਉ ਸਤਿਗੁਰੁ ਕੈ ਬਲਹਾਰੀਐ ਮਉ ਸਤਿਗੁਰੁ ਕੈ ਬਲਹਾਰੀਐ ਆਪੇ ਦਇਆ ਕਰੋ ਪ੍ਰਭ ਦਾਤੇ ਆਪੇ ਦਇਆ ਕਰੋ ਪ੍ਰਭ ਦਾਤੇ ਆਪੇ ਦਇਆ ਕਰੋ ਪ੍ਰਭ ਸਤਿਗੁਰ ਸ
ਸੱਚ ਜੇ ਸਤਿਗੁਰ ਸਾਚ ਰਸ ਪਾਵੇ ਜਨ ਕੋਏ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਕੀਨੀ ਸੱਚਾ ਮਨ ਵਸਾਇਆ ਇਹੋ ਹਰ ਰਸ ਪਾਵੇ ਜਨ ਕੋਏ ਇਹੋ ਹਰ ਰਸ ਪਾਵੇ ਜਨ ਕੋਏ ਅੰਮ੍ਰਿਤ ਪੀ ਗਏ ਅਮਰ ਸੋਏ ਅੰਮ੍ਰਿਤ ਪੀ ਗਏ ਅਮਰ ਸੋਏ ਇਹੋ ਹਰ ਰਸ ਪਾਵੇ ਜਨ ਕੋਏ ਇਹੋ ਹਰ ਰਸ ਪਾਵੇ ਜਨ ਕੋਏ ਮਨ ਪ੍ਰਗਟੇ ਗੁਣਤਾਸ ਜਾ ਕੇ ਮਨ ਪ੍ਰਗਟੇ ਗੁਣਤਾਸ ਉਸ ਪੁਰਖ ਕਾ ਨਾਹੀ ਕਦੇ ਬਿਨਾਸ ਜਾ ਕੇ ਮਨ ਪ੍ਰਗਟੇ ਗੁਣਤਾਸ ਜਾ ਕੇ ਮਨ ਪ੍ਰਗਟੇ ਗੁਣਤਾਸ ਇਹੋ ਹਰ ਰਸ ਪਾਵੇ ਜਨ ਕੋਏ ਇਹੋ ਹਰ ਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋਏ ਅੱਠ ਪਹਿਰ ਹਰ ਕਾ ਨਾਮ ਲੈ ਸੱਚ
ਉਪਦੇਸ਼ ਸੇਵਕ ਕੋ ਦੇ, ਸਾਚੀ ਉਪਦੇਸ਼ ਸੇਵਕ ਕੋ ਦੇ। ਆਠ ਪਹਿਰ ਹਰ ਕਾ ਨਾਮ ਲੈ, ਆਠ ਪਹਿਰ ਹਰ ਮਨ ਮੇਰਾ ਖੈ ਹਰ ਹਰ ਮਨ ਮੇਰਾ ਖੈ ਹਰ ਹਰ ਇੱਕ ਹਰ ਰਸ ਪਾਵੇ ਜਨ ਕੋਏ ਇਹੋ ਹਰ ਰਸ ਪਾਵੇ ਜਨ ਜਨ ਕੋਏ ਇਹੋ ਹਰ ਰਸ ਪਾਵੇ ਜਨ ਕੋਏ ਅੰਮ੍ਰਿਤ ਸੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋਏ ਇਹੋ ਹਰ ਰਸ ਪਾਵੇ ਜਨ ਕੋਏ ਇਹੋ ਹਰ ਰਸ ਪਾਵੇ ਜਨ ਕੋਏ ਅੰਮ੍ਰਿਤ ਸੋਏ ਅੰਮ੍ਰਿਤ ਅੰਮ੍ਰਿਤ ਸੋਏ ਅੰਮ੍ਰਿਤ ਸੋਏ
पखान गडके मूरत कीनी देख शाती पाओ देख शाती पाओ जे एह मूरत साची है तो गड़न हर खाओ तो गड़न हर खाओ बिन करतार राम कली पातशाही दसवीं धन धन श्री गुरु गोबिंद सिंह साहेब रियो महाराज बिन करतार न कीर्तन मानो 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 आग अजोन अजय अविनाशी आद अजोन अजय अविनाशी ते परमेश्वर नामो ते परमेश्वर नामो बिन करतार न कीर्तन मानो बिन करतार न कीर्तन मानो जगत में दस किया सोर भार काए कहां पर हो जो यान जगत में दस किया सोर भार काए अधिक तपन सबन गए आपे राम कहाए आपे राम कहाए आपे राम कहाए आपे राम कहाए बिन करतार न कीर्तन
का प्रभु सो किम जात गिनायो, सो किम जात गिनायो, ते सरब काल के हसिंगो काए बचा आप डूबियो पाव
छुट हो काहे पास ते तब गहो शरण जगदागर गहो शरण जगदागर बिन करतार न करता बिन करतार न करता बिन करतार न करता बिन करतार न कीर्तन मानो सन का दिक नारद मुन से का तिन पीतन मैं मन लेता सन का दिक नारद मुन से का तिन पीतन मैं मन नहीं लेता बिन करतार न कीर्तन मानो काल बपतरा काल पाए शिव जू अवतरा काल पाए कर दिस पर कासा सकल काल का किया तमाशा बिन कर तार न कीर्तन मानो सवैया पाए गए जब ते तुम रे तब ते को नाग तरे नहीं मानो राम ही पुराण पुराण अनेक कह मत एक न मान सिमरत शास्त्र वेद सब बहु वेद कह हम एक न जानो श्री स्पान कृपा तुम्हें कर मैं न कहो सब तो है बखान बिन करतार न कीर्तन मानो काहू पाहन पूज धरयो सिर काहू ले लंग गर लटकायो काहू लखियो हर अवाखी दिशा में काहू पछा को शीश नेवायो को दुकान को पूजत है बस को मृतान को पूजन तायो पूर क्रियायो जो सब ही जग श्री भगवान को पेत न पाए बिन करतार न कीर्तन मानो बिन करतार न कीर्तन मानो जोगी जति ब्रह्मचारी बड़े बड़े शतरधारी शतरी की छाया कई कौशल चलत है बड़े बड़े राजन के दाब तू फिरत देश बड़े बड़े राजन के दाब तो दलत है मान से मही पे और दलीप कैसे शतरधारी बड़ो अभिमान पूज दंड को करत है दारा से दिली सिर दुर्योधन से मान धारी भोग भोग पूर्ण अंग पूर्ण में मिलत अंग पूर्ण में मिलत अंग पूर्ण में मिलत है दिन करतार न कीर्तन मानो एक शिव पे एक गए एक फेर पे रामचंद्र कृष्ण के अवतार भी अनेक ब्रह्मा विष्णु के
ਕੇ ਬੇਦਿਓ ਪੁਰਾਣ ਕੇ ਤੇ ਸੁੰਦਰ ਸਮੂਹਨ ਕੈ ਮੂਨ ਦੀ ਮਦਾਰ ਕੇ ਤੇ ਅਸਮੀ ਕਮਾਰ ਕੇ ਤੇ ਅੰਸਾ ਅਵਤਾਰ ਕੇ ਤੇ ਕਾਲ ਦਸ ਪਏ ਪੀਰੀਓ ਪਿਕੰਬਰ ਕੇ ਤੇ ਗਣੇ ਨਾ ਪਰਤ ਤੇ ਭੂਮੀ ਹੀ ਤੇ ਹੋ ਤਾ ਫਿਰ ਭੂਮੀ ਹੀ ਮਿਲੇ ਫਿਰ ਭੂਮੀ ਹੀ ਮਿਲੇ ਫਿਰ ਭੂਮੀ ਹੀ ਮਿਲੇ ਬਿਨ ਕਰਤਾਰ ਨਾ ਪ੍ਰਥਮ ਮਾਨੋ ਬਿਨ ਕਰਤਾਰ ਨਾ ਪ੍ਰਥਮ ਮਾਨੋ ਆਦ ਪੂਰਨ ਮਦ ਅੰਤ ਪੂਰਨ ਪਰਮੇਸ਼ਵਰ ਸਿਮਰੰਤ ਸੰ ਸਰਬਤ ਰਮਣੰ ਨਾਨਕ ਗਨਾਸਨ ਜਗਦੀਸ਼ਰ 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 ਬਿਨ ਕਰਤਾ ਕੀਰਤਨ ਮਾਨੋ ਆਦਿ ਕੋਨ ਅਜੈ ਅਭਿਆਸੀ ਆਦਿ ਅਦੋਨ ਅਜੈ ਅਭਿਆਸੀ ਤੇ ਪਰਮੇਸ਼ਰ ਤੇ ਪਰਮੇਸ਼ਰ ਬਿਨ ਕਰਤਾ ਕੀਰਤਨ ਮਾਨੋ ਨਾ ਕੀਰਤਨ ਮਾਨੋ ਛਤਰੀ ਕੋ ਪੂਤ ਬਾਮਨ ਕੋ ਨਹਿ ਛਤਰੀ ਕੋ ਪੂਤ ਬਾਮਨ ਕੋ ਨਹਿ ਛਤਰੀ ਕੋ ਪੂਤ ਬਾਮਨ ਕੋ ਨਹਿ ਕਹਿ ਤਾਪਿਆਵਤ ਹੈ ਜੋ ਕਰੋ ਹੈ ਜੋ ਕਰੋ ਛਤਰੀ ਕੋ ਪੂਤ ਬਾਮਨ ਕੋ ਨਹਿ ਛਤਰੀ ਕੋ ਪੂਤ ਬਾਮਨ ਕੋ ਨਹਿ ਆਰ ਜਿਤੋ ਗ੍ਰਹਿ ਕੋ
ਆਰ ਔਰ ਗੁਜਾਰ ਜਿਤੋ ਬ੍ਰਹਿ ਤੋਹਿ ਤਿਆਗ ਤਾ ਚੇਤ ਕਾ ਮੈਂ ਕਰੋ ਤੋਹਿ ਤਿਆਗ ਕਾ ਚੇਤ ਕਾ ਮੈਂ ਕਰੋ ਛਤਰੀ ਕੋ ਭੂਲੋ ਬਾਨੰਦ ਤੋ ਨਹਿ ਛਤਰੀ ਕੋ ਭੂਲੋ ਬਾਮਣ ਕੋ ਆਬਰੀਜ ਕਦੇ ਹੀਰਨ ਮੈਂ ਤਬ ਜੂਝ ਮਰੋ ਧਨ ਜਿਉ ਤੇ ਕੋ ਜਗ ਮੈਂ ਮੁਕਤ ਤੇ ਹਰ ਚਿਤ ਮੈਂ ਜੁਗ ਵਿਚਾਰੇ ਦੇਹ ਅਨਿਤ ਨਿਤ ਰਹੇ ਜਸ ਨਾਮ ਜਲ ਭਵ ਸਾਗਰ ਤਾਰ ਧੀਰਜ ਧਾਮ ਬਣਾਏ ਹੈ ਤਨ ਬੁਧਨ ਦੀਪਕ ਜੋ ਉਜਿਆ ਜਾਣੈ ਕੀ ਬਟਨੀ ਮਨੋ ਹਾਥ ਲੈ ਕਰ ਪਤਵਾਰ ਬੁਹਾਰੇ ਜਬ ਆਓ ਆਓ ਬੰਦਾਂ ਅਤ ਹੀਰਨ ਤਬ ਜੂਝ ਮਰੋ ਜਬ ਬਾਣ ਲਾਗਿਓ ਤਬ ਰੋਸ ਜਾਗਿਓ ਕਰ ਲੈ ਕਮਾਨ ਹਣ ਬਾਣ ਤਾਨ ਜਬ ਬਾਣ ਲਾਗਿਓ ਤਬ ਰੋਸ ਜਾਗਿਓ ਕਰ ਲੈ ਕਮਾਨ ਹਣ ਬਾਣ ਸਭੈ ਵੀਰ ਭਾਏ ਸਰੋਗਨ ਚਲਾਏ ਤਬੈ ਤਾਕ ਬਾਣ ਹਣੋ ਏਕ ਜਵਾਨ ਹਰੀ ਚੰਦ ਮਾਰੇ ਸੋ ਜੋ ਦਾਲ ਤਾਰੇ ਸੋ ਕਰੋੜ ਰਾਏ ਵਹਿ ਕਾਲ ਕਾਇਮ ਰਣ ਤਿਆਗ ਪਾ ਕੇ ਸਭੈ ਦਾਸ ਪਾ ਕੇ ਭਾਈ ਜੀ ਤੂੰ ਮੇਰੀ ਕਿਰਪਾ ਕਰ ਕੇ ਧਨ ਧਾਰ ਭਰ ਕੇ ਸਭੈ ਸੁਧਾਰ ਕੇ ਰਣ ਜੀਤ ਆਏ ਜੈ ਜੀਤ ਗਾਏ ਜੈ ਜੀਤ ਗਾਏ ਜੈ ਜੀਤ ਗਾਏ ਜਬ ਆਓ ਆਦ ਨਿਧਾਨ ਬਣੇ ਅਤ ਹੀਰਨ ਤਬ ਜੂਝ ਮਰੋ ਹੇ ਰੱਬ ਹੇ ਸੱਸ ਹੇ ਕਰੁਣਾ ਨਿਜ ਮੇਰੀ ਅਬੈ ਬਿਨਤੀ ਸੁਣ ਲੀਜੈ ਔਰ ਨ ਮਾਗਤ ਹਉ ਤੁਮ ਤੇ ਬਸ ਚਾਹਤ ਹਉ ਚਿਤ ਮੈ ਸੋਇ ਕੀਜੈ ਸਤਨ ਸੋ ਅਤ ਹੀਰਨ ਭੀਤਰ ਜੂਝ ਮਰੋ ਤੋ ਸਾਚ ਬਤੀ ਜੈ ਸੰਤ ਸਹਾਇ ਸਦਾ ਜਗ ਮਾ ਕਿਰਪਾ ਕਰ ਸ਼ਾਮ ਤੇ ਹੈ ਬਤੀ ਜੈ ਸੋ
ਜਨ ਸਾਨੇ ਕਾਹੋ ਖੇਤ ਮਾਂਡਿਓ ਸੂਰਮਾ ਆਪ ਜੂਜਣ ਕੋਦਾ ਪਹਿਲਾ ਮਰਨ ਕਬੂਲ ਜੀਵਨ ਕੀ ਸਜਦਾ ਹੋ ਸਭਨਾ ਕੀ ਰੇਣਕਾ ਆਓ ਜੋ ਤੋ ਪ੍ਰੇਮ ਕਰਨ ਕਾ ਚਾਹੋ ਸੁਤਰ ਕਰੀ ਗਰੀ ਮੇਰੀ ਆਓ ਮਾਰ ਪੈਰ ਕਰੀ ਜੈ ਸਿਰ ਜੀ ਜੈ ਕਾਨ ਨਗੀ ਜੈ ਸੂਰਾ ਸੋ ਪਹਿਚਾਨ ਜੋ ਲਰ ਦੀਨ ਕਹੇ ਪੁਰਜਾ ਪੁਰਜਾ ਕਾਟ ਮੇਰੇ ਕਬੂ ਨਾ ਛਾੜੇ ਪਹਿਲਾ ਮਰਨ ਜੀਵਨ ਕੀ ਛੱਡਿਆ ਹੋ ਸਭਨਾ ਕੀ ਰੇਣਕਾ ਕਹੋ ਆਓ ਹਮਾਰੇ ਕਾ ਅਖੰਡ ਬਿਹੰਡ ਖੰਡ ਅਖੰਡ ਆਦਰਣ ਮੰਡ ਬਰਬੰਡ ਖੁਦ ਦੰਡ ਅਖੰਡ ਤੇਜ ਪ੍ਰਚੰਡ ਜੋਰ ਕਮੰਡ ਪਾਂਡ ਸਤ ਸੰਤਾ ਤਰਨ ਗੁਰਮਤ ਦਰਨ ਕਿਲਬ ਧਾਰਨ ਜੈ ਜੈ ਜਗਤਾਰ ਸਿਸਤਾਰ ਮਮ੍ਰਿਤ ਪਾਰ ਜੈ ਜੈ ਮਮ੍ਰਿਤ ਪਾਰ ਜੈ ਮਮ੍ਰਿਤ ਪਾਰ ਜੈ ਬੋਲੇ ਛਤਰੀ ਕੋ ਪੂਤ ਮੈਂ ਛਤਰੀ ਕੋ ਪੂਤ ਬਾਮਨ 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 ਵਾਹਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਮਨੁੱਖਤਾ ਦੀ ਫਲਵਾੜੀ ਵਿੱਚ ਖਾਲਸਾਈ ਉਹ ਸ਼ਮਾ ਜਲਾਈ ਗਈ ਗੁਲਾਮ ਮਾਨਸਿਕਤਾ ਜਿਹੜੀ ਪੈਦਾਇਸ਼ੀ ਤੌਰ 'ਤੇ ਗੁਲਾਮ ਸੀ ਜਿਉਂਦੀ ਗੁਲਾਮ ਸੀ ਮਰਦੀ ਗੁਲਾਮ ਸੀ ਉਸ ਗੁਲਾਮ ਮਾਨਸਿਕਤਾ ਨੂੰ ਮਹਾਰਾਜ ਨੇ ਖਾਲਸਾਈ ਜਿਹੜਾ ਬਾਣਾ ਬਖਸ਼ਿਆ ਉਹ ਪਹਿਲੇ ਘਰ ਤੋਂ ਲੈ ਕੇ ਦਸਵੇਂ ਘਰ ਤੱਕ ਦਾ ਇਹ ਸਫ਼ਰ ਇਹਦੇ ਵਿੱਚ ਇਹ 10 ਰੰਗ ਭਰ ਕੇ ਜਿਹੜੀ ਇਹਨੂੰ ਮਰਿਆਦਾ ਬਖਸ਼ੀ ਬੱਜਰ ਕਰਹਿਤਾਂ ਜਿਹੜਾ ਇਹਨੂੰ ਸਿਧਾਂਤ ਬਖਸ਼ਿਆ ਫਿਰ ਮਹਾਰਾਜ ਨੇ ਦੁਨੀਆ ਦੇ ਉੱਤੇ ਇਤਿਹਾਸ ਵਿੱਚ ਐਸਾ ਕਦੀ ਨਹੀਂ ਹੋਇਆ ਕਿਸੇ ਚੇਲੇ ਨੇ ਉਸਤਾਦ ਨੂੰ ਆਖਿਆ ਹੋਵੇ ਹੁਣ ਉਸਤਾਦ ਜੀ ਤੁਸੀਂ ਥੱਲੇ ਬੈਠੋ ਮੈਂ ਤੁਹਾਡਾ ਉਸਤਾਦ ਬਣਦਾ ਤੁਸੀਂ ਮੇਰੇ ਚੇਲੇ ਬਣੋ ਅਤੇ ਇਹ ਗੱਲ ਚੇਲਾ ਕਹਿ ਦੇਵੇ ਅਤੇ ਗੱਲ ਫੱਬਦੀ ਹੈ ਗੁਰੂ ਆਖੇ ਭਾਈ ਦਇਆ ਸਿੰਘ ਜੀ ਧਰਮ ਸਿੰਘ ਜੀ ਹੁਣ ਮੈਂ ਚੇਲਾ ਹਾਂ ਮੈਨੂੰ ਤੁਸੀਂ ਦਾਤ ਦਿਓ ਅੰਮ੍ਰਿਤ ਦੀ ਦੁਨੀਆ ਦੇ ਵਿਧਾਨ ਅੰਦਰ ਤੁਸੀਂ ਸਾਰੇ ਕਿਤੇ ਸਿਆਣੇ ਹੋ ਪੜ੍ਹੇ ਲਿਖੇ ਹੋ ਪੜ੍ਹ ਕੇ ਦੇਖ ਲਿਓ ਇੱਕ ਗੱਲ ਅੱਜ ਦੇ ਇਸ ਸਮਾਗਮ ਤੋਂ ਗਿਆਨੀ ਜੀ ਬੈਠੇ ਹਨ ਵਿਦਵਾਨ ਸੱਜਣ ਇਸ ਜਗ੍ਹਾ 'ਤੇ ਆਉਂਦੇ ਹਨ ਕਿਉਂਕਿ ਬੜੀ ਬੌਧਿਕਤਾ ਦੇ ਤਲ ਦੇ ਉੱਤੇ ਸਿਆਣੇ ਇੱਥੋਂ ਦੇ ਪ੍ਰਬੰਧਕ ਪੰਥ ਦੇ ਵਿਦਵਾਨ ਉੱਚ ਕੋਟੀ ਦੇ ਕੀਰਤਨੀਆਂ ਨੂੰ ਸਮੇਂ ਸਮੇਂ 'ਤੇ ਬੁਲਾਉਂਦੇ ਹਨ ਮੈਂ ਕੁਝ ਦੱਸ ਸਕਾਂ ਇਹ ਤੁਸ਼ ਬੁੱਧੀ ਹੋਏਗੀ ਇਹ ਮੇਰੀ ਛੋਟੀ ਮਾਨਸਿਕਤਾ ਹੋਏਗੀ ਪਰ ਗੁਰੂ ਘਰ ਦਾ ਕੂਕਰ ਹੋਣ ਦੇ ਨਾਤੇ ਇੱਕ ਗੱਲ ਲੈ ਕੇ ਜਾਇਓ ਇਹੀ ਤੇਰਾ ਅਵਸਰ ਇਹੀ ਤੇਰੀ ਵਾਰ ਘੱਟ ਭੀਤਰ ਤੂੰ ਦੇਖ ਵਿਚਾਰ ਆਪਣੇ ਹਿਰਦੇ ਘਰ 'ਚ ਵਿਚਾਰ ਕਰਕੇ ਵੇਖ ਕੀ ਤੈਨੂੰ ਮਨੁੱਖੀ ਜਨਮ ਦੇ ਬੀਤਣ ਤੋਂ ਬਾਅਦ ਇਹ ਦੁਨੀਆ ਤੋਂ ਰੁਖਸਤ ਹੋਣ ਤੋਂ ਬਾਅਦ ਅਵਸਰ ਮਿਲੇਗਾ ਕਿ ਤੂੰ ਮਨੁੱਖੀ ਪੈਦਾ ਹੋਵੇਂ ਫਿਰ ਤੈਨੂੰ ਅਵਸਰ ਮਿਲੇਗਾ ਤੂੰ ਖੰਡੇ ਬਾਟੇ ਦੀ ਪੌਲ ਲੈ ਸਕੇਗਾ ਪਤਾ ਨਹੀਂ ਕਿੰਨੇ ਲੱਖ ਜੂਨਾ ਹਨ ਸੋ ਪੂਜਾ ਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ ਅਤੇ ਫਿਰ
ਜਿਹੜਾ ਭਾਵਨਾ ਕਰਕੇ ਮਹਾਰਾਜ ਨੂੰ ਸਿਜਦਾ ਕਰੇ, ਖੰਡੇ ਬਾਟੇ ਦੀ ਪੌਲ ਲਵੇ, ਫਿਰ ਮਹਾਰਾਜ ਕਹਿੰਦੇ ਉਹਨੂੰ ਚੇਲੇ ਤੋਂ ਗੁਰੂ ਨਹੀਂ, ਖਾਲਸਾ ਹੋਵੇ ਖੁਦ ਖੁਦਾ, ਜਿਨ ਖੂਬੀ ਖੂਬ ਖੁਦਾਇਆ ਹੋਂ ਖਾਲਸੇ ਕਾ, ਖਾਲਸਾ ਮੇਰੋ ਓਤ ਪੋਤ ਸਾਗਰ ਬੁੰਦੇ ਰਹੋ, ਖਾਲਸਾ ਕਾਲ ਪੁਰਖ ਕੀ ਫੌਜ, ਵਹਿ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਖਾਲਸੇ ਦੇ ਆਗਮਨ ਪੁਰਬ ਦੇ ਉੱਤੇ, ਕਿਉਂਕਿ ਇਹ ਜਨਮ ਦਿਹਾੜਾ ਨਹੀਂ, ਜਿਹੜਾ ਜੰਮਦਾ ਹੈ ਉਹ ਮਰਦਾ ਵੀ ਹੈ, ਭਾਵੇਂ ਕਿਸੇ ਸ਼ਾਹੂਕਾਰ ਦਾ ਪੁੱਤ ਹੋਵੇ, ਭਾਵੇਂ ਕੋਈ ਦੇਸ਼ ਦਾ PM ਹੋਵੇ, ਭਾਵੇਂ ਅਮੈਰੀਕਾ ਵਰਗੇ ਸੰਪੰਨ ਦੇਸ਼ ਦਾ ਰਾਸ਼ਟਰਪਤੀ ਹੋਵੇ, ਸਾਇੰਸਦਾਨ, ਵਿਦਵਾਨ, ਸਿਆਸਤਦਾਨ, ਸੰਗੀਤਕਾਰ ਕੋਈ ਵੀ ਹੋਵੇ, ਜਿਹੜਾ ਜੰਮਦਾ ਹੈ ਉਹਨੇ ਮਰਨਾ ਹੈ। ਮਹਾਰਾਜ ਕਹਿੰਦੇ ਆ ਤੂੰ ਖੰਡੇ ਬਾਟੇ ਦੀ ਪੌਲ ਛੱਕ, ਫਿਰ ਕੀ ਹੋਏਗਾ, ਫਿਰ ਤੂੰ ਕਦੀ ਮਰੇਗਾ ਨਹੀਂ, ਕਿਉਂਕਿ ਕਾਲ ਪੁਰਖ ਦੀ ਮੌਜ ਦੇ ਵਿੱਚੋਂ ਤੂੰ ਪ੍ਰਗਟ ਹੋਣਾ ਹੈ, ਅਤੇ ਇਹ ਸਾਡੇ ਉੱਤੇ ਹੈ, ਅਸੀਂ ਛੇਤੀ ਤੋਂ ਛੇਤੀ ਇਸ ਸਮੇਂ ਨੂੰ ਸਾਂਭੀਏ, ਕਿਉਂਕਿ ਪਤਾ ਨਹੀਂ ਅਸਾਂ ਪੇ ਉੱਥੇ ਜਾਣਾ, ਸਾਹਿਬ ਸੰਭਾਲੇ ਪੰਥ ਨਿਹਾਲੇ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਮੌਤ ਦੇ ਸੰਕਲਪ ਨੂੰ ਅੱਗੇ ਰੱਖ ਕੇ, ਗੁਰੂ ਦੇ ਅਵਸਰ ਨੂੰ ਪਿਆਰ ਦੇ ਨਾਲ ਸਾਂਭ ਕੇ, ਇਹ ਲੋਕ ਸੁਖੀ ਇਹ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀਆਂ ਬਖਸ਼ਾਂ ਦੇ ਪਾਤਰ ਬਣੀ। ਗੁਰਬਾਣੀ ਕੀਰਤਨ ਕਰਦਿਆਂ ਤੁਸ਼ ਬੁੱਧੀ ਅਨੁਸਾਰ ਵਿਚਾਰ ਕਰਦੇ, ਇਕਨੀ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਹਨ, ਗੁਰੂ ਕੀ ਸੰਗਤ ਗੁਰੂ ਰੂਪ ਹੈ ਬਖਸ਼ ਲੈਣਾ, ਆਓ ਸਾਰੇ ਗੁਰੂ ਘਰ ਦੀ ਮਰਿਆਦਾ ਅਨੁਸਾਰ ਪੌੜੀ ਲਾ ਕਰਕੇ, ਇੱਥੇ ਹੀ ਦਿੱਤੇ ਹੋਏ ਦੀ ਸਮੇਂ ਦੀ ਸਮਾਪਤੀ ਹੈ। ਅਗਲਾ ਸਮਾਂ ਭਾਈ ਸਾਹਿਬ ਜੀ ਪਾਸੋਂ ਸਰਵਨ ਕਰਨਾ। ਵੱਡਾ ਬੜੀ ਵੱਡੀ ਵੱਡਾ ਪਾਰ ਤੇਰਾ ਮਰਤਬਾ, ਰੰਗ ਪੰਗਣੇ ਕਿੰਨਾ ਪੁੱਤਰ ਤਬਾ, ਜੀਆਂ ਜੀਏ ਸਭ ਜਾਲਾ, ਸਭ ਤੇਰੇ ਵਾਸਤੇ ਰੱਖ ਰਪਲਾ, ਤੇਰੇ ਕਰਨ ਦਿੱਤਾ ਹੀ ਤੁਧ ਘਰ, ਮਾਨ ਮਤਾ ਦੇ ਜਪਣ ਆਪ ਜਰ, ਸਰਬ ਕਲਾ ਭਰਪੂਰ ਦੀ ਸਹਿਜਤ ਕਥਾ, ਨਾਨਕ ਦਾ ਸੁਣ ਦਾਸ ਆ ਕੈ ਬਿਨ ਵਤਾ, ਤੇਰਾ ਜੀ ਤੇਰਾ ਨਾਮ ਸਤ ਹੈ ਸ੍ਰੀ ਵਾਹਿ ਗੁਰੂ। ਤੇਰਾ ਮਰਤਬਾ ਰੰਗ ਪਰੰਗਣੇ ਕਣ ਜਾਪਣ ਕਰਤਬਾ, ਜੀ ਅੰਦਰ ਜੀਓ ਸਭ ਕਿਛ ਜਾਣ ਲਾ, ਸਭ ਕਿਛ ਤੇਰੇ ਵਸ ਤੇਰਾ ਘਰ ਪਲਾ, ਤੇਰੇ ਘਰ ਆਨੰਦ ਵਧਾਈ ਦੁਦਕਾਰ, ਮਾਣ ਮਤਾ ਤੇਜ ਆਪਣਾ ਆਪਜਾਰ, ਸਰਬ ਕਲਾ ਭਰਪੂਰ ਦੀ ਸੇ ਜਤ ਕਤਾ, ਨਾਨਕ ਦਾਸ ਦਾਸ ਤੁਦਿਆ ਕੈ ਬਿਨਵਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਸਾਹਿਬ ਭਾਈ ਸ਼ੁਭਦੀਪ ਸਿੰਘ ਜੀ।